मेरे वालों सारों जैम सिंह जी, मेरा नाम अमन आ। मैनू मैं 17 साल की सी, मेरे सिर से सट वज गई सी। मेरे ओदे करके मैं सट किन्नी वज गई सी? सट पापा जी, साडे ना गेट नहीं सी हुंदा, तारां लगियां सीगियां सामने चक्कर। हां ते ओदे चढ़ के पापा जी मैं डिग पई सी। बाबा जी मेरे ओदे करे गेट नहीं सी? हां जी, मेरे 7 साल दे सी। हां जी, अच्छा। और किन्नी उम्र तुहाडी? हुण 31 साल दी उम्र। अच्छा, हां। ਤੇ ਮੇਰੇ ਮੂੰਹ ਚੋਂ ਪਾਪਾ ਜੀ ਲਹੂ ਨਿਕਲਿਆ ਸੀ। ਮੈਂ ਬਹੁਤ ਜ਼ੋਰ ਤਾਰ ਸਿਰ ਚ ਵੱਜ ਗਈ ਸੀ ਕਿ ਝੜ ਕੇ ਡਿੱਗ ਪਈ ਸੀ? ਡਿੱਗ ਪਈ ਸੀ ਅੜ ਕੇ ਪਾਪਾ ਜੀ ਮੁੱਤੋਂ ਦੀ ਹੋ ਕੇ ਵੱਜੀ। ਜਦੋਂ ਮੈਂ ਥੱਲੇ ਵੱਜੀ ਤਾਰ ਦੇ ਮੁੜ ਕੇ, ਮੇਰੇ ਮੂੰਹ ਚੋਂ ਖੂਨ ਨਿਕਲਿਆ ਸੀ ਪਾਪਾ ਜੀ। ਮੈਨੂੰ ਬਹੁਤ ਜ਼ਿਆਦਾ ਸਿਰ ਦੀ ਪ੍ਰੋਬਲਮ ਸੀਗੀ। ਅੱਛਾ, ਸਿਰ ਵੱਜੇ ਵਿੱਚ? ਹਾਂਜੀ। ਪੱਕਾ ਥਾਂ ਸੀ ਉੱਥੇ? ਪੱਕਾ ਥਾਂ ਸੀਗਾ ਪਾਪਾ ਜੀ। ਅੱਛਾ, ਜਦੋਂ ਤਾਰ ਚੜ ਕੇ ਡਿੱਗੇ ਤੇ ਸਿਰ ਥੱਲੇ ਵੱਜ ਗਿਆ? ਹਾਂਜੀ ਪਾਪਾ ਜੀ। ਫਿਰ ਅੱਗੇ ਮੇਰੇ ਸਿਰ ਦੀ ਬਹੁਤ ਪਾਪਾ ਮੈਨੂੰ ਪ੍ਰੋਬਲਮ ਸੀਗੀ। ਅੱਛਾ, ਉਦੋਂ ਬਲੱਡ ਮੂੰਹ ਚੋਂ ਨਿਕਲਿਆ? ਹਾਂਜੀ, ਮੂੰਹ ਚੋਂ ਨਿਕਲਿਆ ਸੀ ਪਾਪਾ ਜੀ। ਜਦੋਂ ਸਿਰ ਚ ਖੂਨ ਕੁਛ ਤਾਂ ਅੰਦਰ ਖੂਨ ਪੈ ਗਿਆ ਸੀਗਾ, ਕੁਛ ਮੇਰੇ ਮੂੰਹ ਚੋਂ ਖੂਨ ਨਿਕਲਿਆ ਸੀਗਾ ਬਹੁਤ ਜ਼ਿਆਦਾ। ਅੱਛਾ, ਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਸੀ ਪਾਪਾ। ਮੈਨੂੰ ਬਹੁਤ ਜ਼ਿਆਦਾ ਦਵਾਈ ਵੀ ਦਉਂਦੇ ਰਹੇ ਤੇ ਮੈਨੂੰ ਤੁਹਾਡੇ ਜਿਹੜੇ ਕਿ ਪੇਕਾ ਪਰਵਾਰ ਤੁਹਾਨੂੰ ਬਹੁਤ ਦਵਾਈ ਦਵਾਈ? ਹਾਂਜੀ, ਬਹੁਤ ਜ਼ਿਆਦਾ ਦਵਾਈ ਪਾਪਾ ਜੀ। ਫਿਰ ਪਾਪਾ ਜੀ ਮੇਰੀ ਮੈਰਿਜ ਹੋ ਗਈ, ਮੈਨੂੰ ਹੋਰ ਵੀ ਪ੍ਰੋਬਲਮ ਵੱਧਦੀ ਗਈ। ਫਿਰ ਮੈਨੂੰ ਡਾਕਟਰ ਕਹਿੰਦੇ ਵੀ ਤੇਰੀ ਸਿਰ ਦੀ ਨਾੜੀ ਬਲੌਕ ਆ। ਪ੍ਰੋਬਲਮ ਕੀ ਸੀ ਜੀ ਤੁਹਾਨੂੰ? ਸਿਰ ਹੀ ਦਰਦ ਕਰਦਾ ਸੀ ਮੰਮੀ ਜੀ ਬਹੁਤ ਜ਼ਿਆਦਾ। ਇਹਦੇ ਨਾਲ ਸਰਮੈਕਲ ਵੱਧ ਜਾਂਦਾ ਸੀਗਾ ਤੇ ਅੱਖਾਂ ਦੀ ਪ੍ਰੋਬਲਮ ਹੋ ਜਾਂਦੀ ਸੀਗੀ, ਸੁੱਜ ਜਾਂਦੀਆਂ ਸੀ ਅੱਖਾਂ। ਜਦੋਂ ਤੁਹਾਡੇ ਪੇਕਾ ਪਰਿਵਾਰ ਨੇ ਤੁਹਾਡਾ ਇਲਾਜ ਕਰਾਇਆ, ਹਾਂਜੀ, ਕਿਹੜੇ ਕਿਹੜੇ ਡਾਕਟਰ ਕੋਲ ਗਏ? ਬਹੁਤ ਜ਼ਿਆਦਾ ਪਾਪਾ ਜੀ, ਮੈਂ ਪਿੰਡ ਤੋਂ ਵੀ ਦਵਾਈਆਂ ਲਈਆਂ ਸੀਗੀਆਂ। ਸਾਨੂੰ ਮੋਗਾ ਲੱਗਦਾ ਉੱਥੋਂ ਵੀ ਦਵਾਈਆਂ ਲਈਆਂ, ਤਲਵੰਡੀ ਲੱਗਦਾ ਸਾਨੂੰ ਉੱਥੋਂ ਵੀ ਦਵਾਈਆਂ ਲਈਆਂ, ਬਹੁਤ ਜ਼ਿਆਦਾ ਦਵਾਈਆਂ ਖਾਧੀਆਂ। ਅੱਛਾ, ਕੋਈ ਸਿਟੀ ਸਕੈਨ ਐਕਸਟਰਾ ਕਰਾਇਆ? ਹਾਂਜੀ ਪਾਪਾ ਜੀ, ਉਹ ਵੀ ਕਰਵਾਇਆ। ਸਿਟੀ ਸਕੈਨ ਕਰਾਈ? ਹਾਂਜੀ ਪਾਪਾ ਜੀ। ਉਹ ਰਿਪੋਰਟ ਹੈ? ਹਾਂਜੀ ਪਾਪਾ ਜੀ, ਉਹ ਤਾਂ ਉਹਨਾਂ ਕੋਲ ਹੀ ਆ ਗਈ। ਅੱਛਾ, ਤੋ ਜਿਹੜੀ ਕਿ ਤੁਹਾਡੇ ਪੇਕੇ ਤੋਂ? ਹਾਂਜੀ। ਅੱਛਾ ਅੱਛਾ, ਫਿਰ ਪਾਪਾ ਜੀ ਮੇਰੀ ਮੈਰਿਜ ਹੋ ਗਈ। ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਉਦੋਂ ਵੀ CMRI ਵੀ ਕਰਵਾਈ ਤੇ ਉਹਦੇ ਵਿੱਚ ਆਈ ਨਾੜ ਬਲੌਕ ਆਈ, ਉਹ ਕਹਿੰਦੇ ਵੀ ਆਪਰੇਸ਼ਨ ਹੋਊਗਾ। ਮੈਂ ਆਪਰੇਸ਼ਨ ਕਰਾਇਆ। 7 ਵਜੇ ਲੋ ਖੂਨ ਜੰਮ ਗਿਆ ਜਿਹੜਾ ਬਲੱਡ ਤੁਹਾਡੇ ਸਿਰ ਚ ਵਜੇ। ਹਾਂਜੀ, ਉਹਦੇ ਵਿੱਚ ਸਿਰ ਚ ਖੂਨ ਜੰਮ ਗਿਆ ਤੇ ਉਹ ਨਾੜ ਬਲੌਕ ਹੋ ਗਈ। ਹਾਂਜੀ ਪਾਪਾ ਜੀ, ਡਾਕਟਰੀ ਲੈਨ ਚ ਇਹ ਸੀ ਪ੍ਰੋਬਲਮ। ਹਾਂਜੀ ਪਾਪਾ ਜੀ। ਹਾਂ, ਅੱਗੇ ਉਹ ਪਾਪਾ ਜੀ ਕਹਿੰਦੇ ਸੀ ਵੀ ਆਪਰੇਸ਼ਨ ਹੋਊਗਾ ਕਹਿੰਦੇ ਸੀਗੇ। ਫਿਰ ਤੁਸੀਂ ਦਵਾਈ ਖਾ ਲੈਂਦੇ ਸੀ? ਦਵਾਈ ਖਾ ਲੈਂਦੀ ਸੀ ਪਾਪਾ ਜੀ, ਆਰਾਮ ਰਹਿੰਦਾ ਸੀਗਾ। ਫਿਰ ਉਸੇ ਦੀ ਗਈ ਸਿਰ ਦੀ ਪ੍ਰੋਬਲਮ ਕਰਕੇ ਮੇਰੇ ਸਰਮੈਕਲ ਵੀ ਵੱਧ ਜਾਂਦਾ ਸੀਗਾ। ਫਿਰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਮੈਨੂੰ। ਫਿਰ ਮੈਂ ਕਦੀ ਕਦੀ ਤਾਂ ਕੰਮ ਕਰਦੀ ਪੈ ਜਾਂਦੀ ਸੀ, ਜੋ ਮੈਂ ਪੈ ਕੇ ਉੱਠਣਾ ਫਿਰ ਮੈਨੂੰ ਚੱਕਰ ਆਉਂਦੇ ਹੁੰਦੇ ਸੀਗੇ। ਫਿਰ ਮੈਂ ਇੱਥੇ ਵੀ ਦਵਾਈਆਂ ਬਹੁਤ ਜ਼ਿਆਦਾ ਲਈਆਂ। ਕਦੀ ਕਦੀ ਤਾਂ ਮੈਨੂੰ ਸਿਆਲਾਂ ਚ ਆਗ ਸਪਾਉਂਦੇ ਹੁੰਦੇ ਸੀ ਵੀ ਖੂਨ ਦੀ ਪ੍ਰੋਬਲਮ ਖੜ ਜਾਂਦਾ, ਖੂਨ ਮੈਨੂੰ ਕਿਤੇ ਕੁਛ ਦੱਸਣਾ ਉਹਨਾਂ ਨੇ। ਅੱਗ ਪਾਪਾ ਜੀ ਮੈਨੂੰ ਨਾ ਜ਼ਿਆਦਾ ਪ੍ਰੋਬਲਮ ਦੀ, ਸਿਰ ਦੇ ਨਾਲ ਸਰਮੈਕਲ ਹੋ ਜਾਂਦਾ ਸੀਗਾ, ਉਧਰੋਂ ਅੱਖਾਂ ਦੁਖਣ ਲੱਗ ਜਾਂਦੀਆਂ ਸੀਗਾ। ਫਿਰ ਮੈਂ ਪਾਪਾ ਜੀ ਬਹੁਤ ਜ਼ਿਆਦਾ ਦਵਾਈਆਂ, ਮੈਨੂੰ ਕੋਈ ਫਰਕ ਨਹੀਂ। ਸਿਖਾਉਂਦੇ ਸੀ ਖੂਨ ਜਿਹੜਾ ਸਿਰ ਚ ਜੰਮਿਆ ਸਿਰ ਨੂੰ ਅੱਗ ਸਿਖਾਉਂਦੇ ਸੀ? ਨਹੀਂ ਪਾਪਾ ਜੀ, ਵੀ ਸਰਮੈਕਲ ਜਦੋਂ ਵੱਧ ਜਾਂਦਾ ਸੀ ਨਾ ਤਾਂ ਪੂਰੀ ਪੂਰੀ ਬੋਡੀ ਨੂੰ ਸਿਖਾ ਦਿੰਦਾ ਸੀ। ਹਾਂ, ਤੇ ਉਹਦੇ ਨਾਲ ਅੱਖਾਂ ਦੁਖਣ ਲੱਗ ਜਾਂਦੀਆਂ ਸੀਗੀਆਂ ਪਾਪਾ ਜੀ। ਹਾਂ, ਅੱਗੇ ਫਿਰ ਮੈਨੂੰ ਪਾਪਾ ਮੈਂ ਬਹੁਤ ਜ਼ਿਆਦਾ ਦਵਾਈਆਂ, ਕੋਈ ਫਰਕ ਨਹੀਂ ਪਿਆ ਮੈਨੂੰ। ਫਿਰ ਮੈਂ ਪ੍ਰਾਰਥਨਾ ਨੂੰ ਪਾਪਾ ਜੀ ਤੁਸੀਂ ਡਾਕਟਰ ਤੋਂ ਮੈਨੂੰ ਡਾਂਟਦੇ ਸੀ, ਮੈਂ ਰਿਸੀਵ ਕੀਤਾ। ਫਿਰ ਮੈਨੂੰ ਦਵਾਈਆਂ ਕਿੰਨੀਆਂ ਕਿੰਨੀਆਂ ਖਾਂਦੀ ਸੀ? ਦਵਾਈਆਂ ਬਹੁਤ ਖਾਧੀਆਂ ਮੰਮਾ ਜੀ, ਮੈਂ ਕਦੀ ਪੈਸਾ ਤੱਕ ਹੱਥੇ ਸੀ। ਕਦੀ ਤਾਂ ਪਾਪਾ ਮੰਮਾ ਮੈਂ ਹੱਥ ਤੇਰੀ 700 ਦੀ ਲਾਉਣੀ, ਕਦੀ 2300 ਦੀ ਲਾਉਣੀ, ਕਦੇ 4000 ਦੀ ਲਾਉਣੀ। ਕਦੀ ਸਾਨੂੰ ਜਿਹਨੇ ਵੀ ਦੱਸਣਾ ਸੀ ਦਵਾਂਗੇ। ਫਿਰ ਮੈਂ ਮੰਮਾ ਦਾਖਲ ਵੀ ਰਚੀਵ ਦੇ ਉਹ ਕਹਿੰਦਾ ਆਪਰੇਸ਼ਨ ਕਰਾਉਣਾ ਵੀ ਪਹਿਲਾਂ ਦਵਾਈ ਖਾ, 6-7 ਦਿਨ ਫਿਰ ਮੈਂ ਦਵਾਈ ਖਾਧੀ। ਮੈਂ ਫਿਰ ਉੱਥੋਂ ਆ ਗਈ ਦਵਾਈ ਲੈ ਕੇ, ਮੈਂ ਕਿਹਾ ਮੈਂ ਬਾਅਦ 'ਚ ਕਰਾਊਂ ਆਪਰੇਸ਼ਨ। ਫਿਰ ਮੰਮਾ ਮੈਂ ਹਫ਼ਤਾ ਉੱਥੇ ਦਾਖਲ ਰਹੀ। ਫਿਰ ਮੰਮਾ ਮੈਂ ਕਿਹਾ ਵੀ ਮੈਂ ਨਹੀਂ ਦਵਾਈ ਉਹਦੇ ਕੋਲੋਂ ਖਾਣੀ ਗੀ, ਫਿਰ ਮੈਂ ਖਾਧੀ ਨਹੀਂ। ਡਾਕਟਰ ਨੇ ਆਪਰੇਸ਼ਨ ਕਰਨ ਲਈ ਤੁਹਾਨੂੰ ਬੁਲਾਇਆ ਸੀ? ਹਾਂਜੀ ਮੰਮਾ ਜੀ। ਤੁਸੀਂ ਫਿਰ ਆਪਰੇਸ਼ਨ ਕਾਹਤੋਂ ਕਰਾਇਆ? ਮੈਨੂੰ ਪਾਪਾ ਜੀ ਡਰ ਲੱਗਦਾ ਸੀਗਾ ਮੈਂ ਕਰਾਇਆ ਨਹੀਂ ਆਪਰੇਸ਼ਨ। ਆਪਰੇਸ਼ਨ ਤੋਂ ਡਰ ਲੱਗਦਾ? ਹਾਂਜੀ। ਫਿਰ ਮੰਮਾ ਜੀ ਮੈਂ ਦਵਾਈ ਬਹੁਤ ਜ਼ਿਆਦਾ 2500 ਦੀ ਵੀ ਲਾਉਣੀ, 3000 ਦੀ ਵੀ, 4000 ਦੀ ਵੀ ਲਾਉਣੀ, ਕੋਈ ਫਰਕ ਨਹੀਂ ਸੀ ਪੈਂਦਾ। ਫਿਰ ਫਸਟ ਜੀ ਪਿੰਡੋਂ ਵੀ ਇੰਜੈਕਸ਼ਨ ਲਵਾ ਲੈਂਦੇ ਸੀ, ਫਿਰ ਇਹਨਾਂ ਨੇ ਨੀਂਦ ਵਾਲੀ ਗੋਲੀ ਖਾਣੀ ਸ਼ੁਰੂ ਕੀਤੀ ਵੀ ਥੋੜੀ ਬਹੁਤੀ ਨੀਂਦ ਆ ਜਾਵੇ। ਅੱਛਾ, ਨੀਂਦ ਨਹੀਂ ਆਉਂਦੀ ਸੀ ਸਿਰ ਦਰਦ ਕਰਦੀ? ਨਹੀਂ ਪਾਪਾ ਜੀ, ਉਹਦੇ ਨਾਲ ਘਬਰਾਹਟ ਹੁੰਦੀ ਰਹੀ ਸੀ। ਅੱਛਾ, ਪਿੰਡੋਂ ਜਿਹੜਾ ਤੁਸੀਂ ਟੀਕਾ ਲਵਾਉਂਦੇ ਸੀ ਉਹ ਕਾਹਦੇ ਵਾਸਤੇ ਲਵਾਉਂਦੇ ਸੀ?
ਬੋਲੇ ਮੇਰੇ ਪਾਪਾ ਜੀ ਵੀ ਸਿਰ ਦਰਦ ਹਟ ਜੂਗਾ ਉਹ ਕਹਿੰਦੇ ਸੀ ਸਿਰ ਮੈਕਲ ਆਈ ਵੀ ਕਹਿੰਦੇ ਸੀਗੇ ਤੁਸੀਂ ਫੇਰ ਸਕੈਨ ਕਰਾਓ ਦੂਰੀ ਵਾਰ ਕਰਵਾਓ ਪੰਜਾਬੀ ਚ ਦੱਸਣਾ ਸਰਵਾਈਕਲ ਕੀ ਹੁੰਦਾ ਸਰਵਾਈਕਲ ਪਾਪਾ ਜੀ ਮੇਰੇ ਨਾਲ ਧੌਣ ਨੂੰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਸੀ ਪਾਪਾ ਜੀ ਮੇਰੀ ਧੌਣ ਜੋੜ ਦੁਖਣ ਲੱਗ ਜਾਂਦੀ ਸੀ ਹਰ ਇੱਕ ਜੋੜ ਚ ਪੇਨ ਕਿਸੇ ਨੂੰ ਉਸ ਚੀਜ਼ ਨਾਲ ਮੋਟਾਪਾ ਹੋਣਾ ਸਟਾਰਟ ਹੁੰਦਾ ਸੀ ਠੀਕ ਹੈ ਨਾ ਆਹ ਚੀਜ਼ ਦੁਖਣੀ ਆਹ ਚੀਜ਼ ਜੁੜ ਜਾਣੀ ਬੋਡੀ ਫਿਰ ਪਾਪਾ ਜੀ ਮੈਂ ਪਿੰਡੋਂ ਵੀ ਬਹੁਤ ਜ਼ਿਆਦਾ ਦਵਾਈ ਲਈ ਫਿਰ ਮੈਨੂੰ ਉਹ ਡਾਕਟਰ ਨੇ ਵੀ ਕਿਹਾ ਤੂੰ ਸਕੈਨ ਕਰਵਾ ਤੇ ਫਿਰ ਮੈਨੂੰ ਮੈਂ ਦਵਾਈਆਂ ਟੀਕੇ ਲੈ ਲਏ ਬਸ ਫਾਲਤੂ ਵੀ ਟੀਕੇ ਲਗਾਏ ਫਿਰ ਮੈਨੂੰ ਵੀ ਕਿਤੇ ਆਰਾਮ ਆ ਜਾਂਦਾ ਸੀ ਥੋੜ੍ਹਾ ਟਾਈਮ ਫਿਰ ਮੈਂ ਇਹਨਾਂ ਨੂੰ ਪਾਪਾ ਜੀ ਮੈਂ ਡਾਕਟਰ ਨੂੰ ਕਿਹਾ ਮੈਨੂੰ ਥੋੜ੍ਹੀ ਗੋਲੀ ਦੇ ਦਿਆ ਕਰੋ ਨੀਂਦ ਦੀ ਮੈਂ ਥੋੜ੍ਹੀ ਜਿਹੀ ਖਾ ਕੇ ਪੈ ਜਾ ਕਰੂੰਗੀ ਫਿਰ ਉਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਗੋਲੀ ਦਿੱਤੀ ਉਹਦੇ ਨਾਲ ਵੀ ਨੀਂਦ ਨਹੀਂ ਸੀ ਆਉਂਦੀ ਫਿਰ ਉਹਨਾਂ ਨੇ ਮੈਨੂੰ ਤਿੰਨੀ ਗੋਲੀ ਬੰਦ ਕਰਤੀ ਨੀਂਦ ਵਾਲੀ ਪਿੰਡ ਵਾਲੇ ਡਾਕਟਰ ਹਾਂਜੀ ਸ਼ੋਦੇ ਨਾਲ ਵੀ ਨੀਂਦ ਆਉਣੋਂ ਹਟ ਗਈ ਨਹੀਂ ਪਾਪਾ ਜੀ ਉਹਦੇ ਨਾਲ ਵੀ ਨੀਂਦ ਸੀ ਜਿਹੜਾ ਪਿੰਡੋ ਟੀਕਾ ਲਵਾਉਂਦੇ ਸੀ ਉਹਦੇ ਨਾਲ ਨਹੀਂ ਸੀ ਪਾਪਾ ਅੱਧਾ ਕੁ ਘੰਟਾ ਕਿ ਦੀ ਘੰਟਾ ਆਰਾਮ ਅੱਛਾ ਥੋੜਾ ਬਹੁਤਾ ਚਿਰ ਨੀਂਦ ਆਉਂਦੀ ਸੀ ਹਾਂਜੀ ਅੱਛਾ ਫਿਰ ਚਰਚ ਬਾਰੇ ਤੁਹਾਨੂੰ ਕੀ ਨਹੀਂ ਦੱਸਿਆ ਚਰਚ ਬਾਰੇ ਪਾਪਾ ਜੀ ਮੰਮੀ ਰੇਸ਼ਮਾ ਕੀ ਮੀਟਿੰਗ ਸੀਗੀ ਪਹਿਲੇ ਦਿਨ ਅੱਛਾ ਪਹਿਲੇ ਦਿਨ ਹਾਂਜੀ ਫਿਰ ਸਾਨੂੰ ਕਹਿੰਦੇ ਤੂੰ ਚਰਚ ਜਾਣਾ ਸ਼ੁਰੂ ਕਰ ਦੇ ਕਹਿੰਦੀ ਹਾਰਟ ਦੀ ਪ੍ਰੋਬਲਮ ਫਿਰ ਮੈਂ ਚਰਚ ਆਉਣਾ ਪਾਪਾ ਜੀ ਸ਼ੁਰੂ ਕਰਤਾ ਅੱਛਾ ਲਗਾਤਾਰ ਤੁਸੀਂ ਚਰਚ ਆਉਣਾ ਸਟਾਰਟ ਕੀਤਾ ਹਾਂਜੀ ਅੱਛਾ ਫਿਰ ਚੰਗਿਆਈ ਕਿਵੇਂ ਮਿਲੀ ਕਹੇ ਪਾਪਾ ਜੀ ਤੁਸੀਂ ਤੁਸੀਂ ਦੋਸਤ ਆਦਮ ਡਾਂਟ ਦੇਂਦੇ ਸੀ ਕਿ ਸਿਰ ਸ਼ਮਾਸ ਪੀਰ ਚ ਬੋਲਦਾ ਸੀ ਸਿਰ ਦੇ ਸਾਰੇ ਰੋਗ ਜਾਣ ਚਲੇ ਜਾਣ ਪਾਪਾ ਜੀ ਫਿਰ ਮੈਂ ਪਾਪਾ ਜੀ ਸਿਰ ਤੇ ਹੱਥ ਰੱਖ ਕੇ ਰਿਸੀਵ ਕੀਤਾ ਪ੍ਰਾਰਥਨਾ ਅੱਛਾ ਵਿਸ਼ਵਾਸ ਨਾਲ ਤੁਸੀਂ ਰਿਸੀਵ ਕਰਦੇ ਸੀ ਹਾਂਜੀ ਪਾਪਾ ਜੀ ਹਾਂ ਮੈਂ ਪੂਰੇ ਵਿਸ਼ਵਾਸ ਨਾਲ ਪਾਪਾ ਜੀ ਮੈਂ ਰਿਸੀਵ ਕੀਤਾ ਪ੍ਰਾਰਥਨਾ ਨੂੰ ਉਸੇ ਵਕਤ ਹੀ ਮੇਰਾ ਸਿਰ ਦਾ ਦਰਦ ਹਟ ਗਿਆ ਅੱਛਾ ਕਿੰਨਾ ਚਿਰ ਚਰਚ ਆਇਆ ਤੁਸੀਂ ਪਹਿਲੇ ਦਿਨ ਚਰਚ ਜਾਉਣ ਨਾਲ ਸਿਰ ਦਾ ਦਰਦ ਹਟ ਗਿਆ ਸੀ ਕਿ ਨਹੀਂ ਪਾਪਾ ਜੀ ਹੋ ਗਏ ਸੀ ਸਾਨੂੰ 7-8 ਮਹੀਨੇ ਹੋ ਗਏ ਸੀ ਆਉਂਦੇ ਅੱਛਾ 7-8 ਮਹੀਨੇ ਹੋ ਗਏ ਸੀ ਚਰਚ ਜਦੋਂ ਵੀ ਮਾਸ ਪਰੇ ਚ ਘੋਸ਼ਣਾ ਕੀਤੀ ਜਾਂਦੀ ਸੀ ਸਿਰ ਦੀਆਂ ਜਿੰਨੀ ਵੀ ਸਿਰ ਦੀ ਪ੍ਰੋਬਲਮ ਯਿਸੂ ਮਸੀਹ ਦੇ ਨਾਮ ਤੇ ਚਲੀ ਜਾਵੇ ਤੁਸੀਂ ਵਿਸ਼ਵਾਸ ਨਾਲ ਲੈਂਦੇ ਸੀ ਹਾਂਜੀ ਪਾਪਾ ਜੀ ਰਿਸੀਵ ਕਰਦੇ ਸੀ ਫਿਰ ਅੱਗੇ ਚੰਗਿਆਈ ਜੀ ਕਿਸ ਦਿਨ ਮਿਲੀ ਤੁਹਾਨੂੰ ਪਾਪੇ 2 ਮਹੀਨੇ ਹੋ ਗਏ ਆ ਮੈਨੂੰ ਅੱਛਾ 2 ਮਹੀਨੇ ਹੋ ਗਏ ਮੈਂ ਮਾਸ ਪਰੇ ਚ ਕੀ ਬੋਲਿਆ ਸੀ ਤੁਸੀਂ ਪਾਪੇ ਜਦੋਂ ਕਿਹਾ ਸੀ ਵੀ ਸਿਰ ਦੇ ਡਾਕਟਰ ਮੈਂ ਵੀ ਹਰ ਉਹ ਦੁਸ਼ਟ ਆਤਮ ਜਿਹਨੇ ਸਿਰ ਨੂੰ ਫੜਿਆ ਯਿਸੂ ਮਸੀਹ ਦੇ ਨਾਮ ਚੋਂ ਸਾਰਾ ਦਰਦ ਸਾਰੀ ਪ੍ਰੋਬਲਮ ਨਿਕਲ ਗਈ ਤੁਸੀਂ ਇਹਨਾਂ ਸ਼ਬਦਾਂ ਨੂੰ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਉਸੇ ਵਕਤ ਹੀ ਪਰਮੇਸ਼ਰ ਦੀ ਆਤਮਾ ਨੇ ਤੁਹਾਨੂੰ ਛੂ ਲਿਆ ਉਹ ਜਿਹੜਾ 23-24 ਸਾਲ ਦਾ 25 ਸਾਲ ਦਾ ਦਰਦ ਸੀ ਛੱਡ ਕੇ ਚਲੇ ਗਿਆ ਐਂ ਹੋਇਆ ਅੱਛਾ ਜਦੋਂ ਪਰਮੇਸ਼ਰ ਦੀ ਆਤਮਾ ਨੇ ਤੁਹਾਨੂੰ ਛੂਇਆ ਕੀ ਮਹਿਸੂਸ ਹੋਇਆ ਸੀ ਮੇਰਾ ਸਿਰ ਪਾਪਾ ਜੀ ਹੌਲਾ ਹੌਲਾ ਹੋ ਗਿਆ ਕਿ ਮੇਰਾ ਸਿਰ ਭਾਰਾ ਹੀ ਰਹਿੰਦਾ ਸੀਗਾ ਉਸੇ ਵਕਤ ਉਸੇ ਵਕਤ ਪਾਪਾ ਜੀ ਮੇਰਾ ਸਿਰ ਦਾ ਦਰਦ ਬਿਲਕੁਲ ਹਟ ਗਿਆ ਉਦੋਂ ਹੀ ਹਾਂਜੀ ਪਾਪਾ ਜੀ ਕਿੰਨੇ ਦਿਨ ਹੋ ਗਏ 2 ਮਹੀਨੇ ਮੈਨੂੰ ਹੋ ਗਿਆ ਪਾਪਾ ਜੀ ਕਿਸੇ ਪ੍ਰੋਬਲਮ ਕਰਕੇ ਮੈਂ ਗਵਾਹੀ ਨਹੀਂ ਸੀ ਦੇ ਸਕੀ ਫਿਰ ਮੈਂ ਪਾਪਾ ਜੀ 2 ਮਹੀਨੇ ਹੋ ਗਏ ਹੁਣ ਬਿਲਕੁਲ ਠੀਕ ਹਾਂ ਹਾਂਜੀ ਪਾਪਾ ਜੀ ਕੋਈ ਸਿਰ ਦਰਦ ਨਹੀਂ ਨਹੀਂ ਪਾਪਾ ਜੀ ਅੱਛੀ ਨੀਂਦ ਸੋਨੇ ਹੋ ਵਧੀਆ ਸੋਨੇ ਪਾਪਾ ਜੀ ਬਹੁਤ ਸੋਨੇ ਦਵਾਈ ਨਾ ਕਿ ਦਵਾਈ ਤੋਂ ਬਿਨਾ ਬਿਨਾ ਦਵਾਈ ਤੋਂ ਪਾਪਾ ਜੀ ਕੋਈ ਦਵਾਈ ਨਹੀਂ ਖਾਂਦੇ ਹੋ ਨਹੀਂ ਪਾਪਾ ਜੀ ਸਮੈਕਲ ਵੀ ਨਹੀਂ ਵਾਦਾ ਹੁੰਦਾ ਅੱਛਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਖੜੇ ਹੋ ਕੇ ਪ੍ਰਭੂ ਦੀ ਵੱਡੀ ਸਾਰੀ ਤਾਰੀਫ ਕਰਦੇ ਜੀ ਕਿਉਂਕਿ 24-25 ਸਾਲਾਂ ਤੋਂ ਇਹ ਰੋਗ ਸੀ हमारे YouTube चैनल को सब्सक्राइब करें ताकि आप परमेश्वर के गहरे वेदों को जान सकें कि कैसे आप परमेश्वर में बढ़ सकते हैं कैसे आप दुष्ट आत्माओं से नशों से बीमारियों से और वंशों के श्रापों से आजाद हो सकते हैं।